ਜੇਕਰ ਸਾਨੂੰ ਅਜਿਹੀ ਥਾਂ ਤੇ ਰੱਖਿਆ ਜਾਵੇ ਜਿੱਥੇ ਹਰ ਤਰ੍ਹਾਂ ਦੀਆਂ ਸਹੂਲਤਾਂ ਹੋਣ ਪਰ ਸਾਡੀ ਆਜ਼ਾਦੀ ਖੋ ਲਈ ਜਾਵੇ ਤਾਂ ਕੀ ਅਸੀਂ ਉਸ ਥਾਂ ਤੇ ਰਹਿ ਸਕਾਂਗੇ? ਆਜ਼ਾਦੀ ਤੋਂ ਵੱਡਾ ਕੋਈ ਸਨਮਾਨ ਨਹੀਂ। ਇੱਕ ਆਸ਼ਰਿਤ ਮਨੁੱਖ ਇੱਕ ਖੰਭੇ ਦੇ ਨਾਲ ਬੰਨੇ ਜਾਨਵਰ ਦੀ ਤਰ੍ਹਾਂ ਹੈ ਜੋ ਚਾਹ ਕੇ ਵੀ ਆਪਣੀ ਇੱਛਾ ਅਨੁਸਾਰ ਕੁਝ ਨਹੀਂ ਕਰ ਸਕਦਾ। ਅਸੀਂ ਵੀ 200 ਸਾਲ ਤੱਕ ਅੰਗਰੇਜ਼ ਹਕੂਮਤ ਦੇ ਪਿੰਜਰੇ ਦੇ ਵਿੱਚ ਕੈਦ ਰਹੇ ਅਤੇ ਸਖ਼ਤ ਸੰਘਰਸ਼ ਤੋਂ ਬਾਅਦ 15 ਅਗਸਤ 1947 ਨੂੰ ਖੁੱਲ੍ਹੀ ਹਵਾ ਦੇ ਵਿੱਚ ਸਾਹ ਲੈਣ ਦੇ ਯੋਗ ਹੋਏ। ਪਰ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਅੰਗਰੇਜ਼ਾਂ ਦੇ ਬਣਾਏ ਕਾਨੂੰਨ ਸਾਡੀਆਂ ਅਦਾਲਤਾਂ ਦੇ ਵਿੱਚ ਲਾਗੂ ਰਹੇ ਜਿਸ ਨੂੰ ਬ੍ਰਿਟਿਸ਼ਰਜ਼ ਨੇ ਆਪਣੀ ਸਹੂਲਤਾਂ ਦੇ ਹਿਸਾਬ ਨਾਲ ਬਣਾਇਆ ਸੀ, ਜਿਸ ਦਾ ਉਦੇਸ਼ ਇਨਸਾਫ ਦੇਣਾ ਨਹੀਂ ਸਗੋਂ ਸਜ਼ਾ ਦੇਣਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 75ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਕਾਨੂੰਨ ਦੇ ਵਿੱਚ ਸੁਧਾਰ ਕਰ ਅਤੇ ਕਲੋਨੀਅਲ ਭੂਤਕਾਲ ਦੇ ਅਵਸ਼ੇਸ਼ਾਂ ਨੂੰ ਖਤਮ ਕਰ ਸੁਤੰਤਰ ਭਾਰਤ ਨੂੰ ਇੱਕ ਨਵਾਂ ਰੂਪ ਦਿੱਤਾ। ਹਮੇਂ ਗੁਲਾਮੀ ਕੀ ਛੋਟੀ ਸੀ ਛੋਟੀ ਚੀਜ਼ ਵੀ ਕਹੀਂ ਨਜ਼ਰ ਆਤੀ ਹੈ, ਹਮਾਰੇ ਭੀਤਰ ਨਜ਼ਰ ਆਤੀ ਹੈ, ਹਮਾਰੇ ਆਸ ਪਾਸ ਨਜ਼ਰ ਆਤੀ ਹੈ, ਹਮੇਂ ਉਸਸੇ ਮੁਕਤੀ ਪਾਣੀ ਹੀ ਹੋਗੀ। ਅਮਿਤ ਸ਼ਾਹ ਨੇ ਇਤਿਹਾਸਕ ਕਦਮ ਚੁੱਕਦੇ ਹੋਏ ਨਵੇਂ ਕਾਨੂੰਨਾਂ ਦਾ ਐਲਾਨ ਕੀਤਾ ਜੋ ਭਾਰਤੀ ਪ੍ਰਣਾਲੀ ਦੇ ਇੱਕ ਨਵੇਂ ਯੁੱਗ ਦਾ ਆਗਾਜ਼ ਹੋਇਆ। ਕਰੀਬ ਕਰੀਬ 150 ਸਾਲ ਪੁਰਾਣੇ 3 ਕਾਨੂੰਨ ਜੋ ਹਮਾਰੀ ਕ੍ਰਿਮੀਨਲ ਜਸਟਿਸ ਸਿਸਟਮ ਅਪਰਾਧਿਕ ਨਿਆਂ ਪ੍ਰਣਾਲੀ ਕੋ ਗਵਰਨ ਕਰਤੇ ਹੈ, ਉਹ ਤਿੰਨੋਂ ਕਾਨੂੰਨੋਂ ਮੇਂ ਪਹਿਲੀ ਬਾਰ ਮੋਦੀ ਜੀ ਕੇ ਨੇਤ੍ਰਤਵ ਮੇਂ ਭਾਰਤੀਯਤਾ, ਭਾਰਤੀਯ ਸੰਵਿਧਾਨ ਔਰ ਭਾਰਤ ਕੀ ਜਨਤਾ ਕਾ ਚਿੰਤਾ ਕਰਨੇ ਵਾਲੇ ਬਹੁਤ ਆਮੂਲਚੂਰ ਪਰਿਵਰਤਨ ਲੇਕਰ ਮੈਂ ਆਇਆ ਹੂੰ। 1 ਜੁਲਾਈ ਤੋਂ ਪੂਰੇ ਦੇਸ਼ ਦੇ ਵਿੱਚ ਆਈਪੀਸੀ, ਸੀਆਰਪੀਸੀ ਤੇ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਭਾਰਤੀ ਨਿਆਂ ਸੰਹਿਤਾ, ਭਾਰਤੀ ਸਿਵਲ ਡਿਫੈਂਸ ਕੋਡ ਤੇ ਇੰਡੀਅਨ ਐਵੀਡੈਂਸ ਐਕਟ ਨਾਮ ਦੇ 3 ਨਵੇਂ ਕਾਨੂੰਨ ਲਾਗੂ ਹੋ ਗਏ ਨੇ। 51 ਸਾਲ ਪੁਰਾਣੀ ਸੀਆਰਪੀਸੀ ਦੀ ਜਗ੍ਹਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਯਾਨੀ ਕਿ BNSS ਨੇ ਲਏ, ਭਾਰਤੀ ਦੰਡ ਸੰਹਿਤਾ ਦੀ ਜਗ੍ਹਾ ਭਾਰਤੀ ਕਾਨੂੰਨ ਯਾਨੀ ਕਿ BNS ਤੇ ਭਾਰਤ ਐਵੀਡੈਂਸ ਐਕਟ ਦੀ ਜਗ੍ਹਾ ਭਾਰਤੀ ਸੁਰੱਖਿਆ ਕਾਨੂੰਨ BSA ਦੀ ਵਿਵਸਥਾ ਲਾਗੂ ਹੋਈ ਹੈ। 3 ਨਵੇਂ ਕਾਨੂੰਨਾਂ ਦੇ ਵਿੱਚ ਤੇਜ਼ੀ ਨਾਲ ਨਿਆਂ ਯਕੀਨੀ ਬਣਾਉਣ ਲਈ FIR ਤੋਂ ਫੈਸਲੇ ਤੱਕ ਦਾ ਸਮਾਂ ਸੀਮਾ ਤੈਅ ਕੀਤਾ ਗਿਆ। ਇੰਨਾ ਹੀ ਨਹੀਂ, ਅਪਰਾਧਿਕ ਮੁਕੱਦਮਿਆਂ ਨੂੰ ਤੇਜ਼ ਕਰਨ ਦੇ ਲਈ ਨਵੇਂ ਕਾਨੂੰਨ ਦੇ ਵਿੱਚ 35 ਥਾਵਾਂ 'ਤੇ ਟਾਈਮਲਾਈਨਾਂ ਜੋੜੀਆਂ ਗਈਆਂ ਨੇ। ਸ਼ਿਕਾਇਤ ਮਿਲਣ ਤੋਂ ਬਾਅਦ FIR ਦਰਜ ਕਰਨ, ਜਾਂਚ ਪੂਰੀ ਕਰਨ, ਅਦਾਲਤ ਦਾ ਨੋਟਿਸ ਲੈਣ, ਦਸਤਾਵੇਜ਼ ਦਾਖਲ ਕਰਨ ਅਤੇ ਮੁਕੱਦਮੇ ਦੀ ਸੁਣਵਾਈ ਪੂਰੀ ਹੋਣ ਤੋਂ ਬਾਅਦ ਫੈਸਲਾ ਦੇਣ ਦੇ ਲਈ ਇੱਕ ਨਿਸ਼ਚਿਤ ਸਮਾਂ ਸੀਮਾ ਹੈ। ਇਸ ਦੇ ਨਾਲ ਹੀ ਆਧੁਨਿਕ ਤਕਨੀਕ ਦੀ ਪੂਰੀ ਵਰਤੋਂ ਕਰਕੇ ਅਤੇ ਇਲੈਕਟ੍ਰੋਨਿਕ ਸਬੂਤਾਂ ਨੂੰ ਕਾਨੂੰਨ ਦਾ ਹਿੱਸਾ ਬਣਾ ਕੇ ਕੇਸਾਂ ਦੇ ਜਲਦੀ ਨਿਪਟਾਰੇ ਦਾ ਰਾਹ ਆਸਾਨ ਬਣਾਇਆ ਹੈ। ਸ਼ਿਕਾਇਤ, ਸੰਮਨ ਅਤੇ ਗਵਾਹੀ ਦੀ ਪ੍ਰਕਿਰਿਆ ਦੇ ਵਿੱਚ ਇਲੈਕਟ੍ਰੋਨਿਕ ਮਾਧਿਅਮਾਂ ਦੀ ਵਰਤੋਂ ਦੇ ਨਾਲ ਨਿਆਂ ਦੇ ਵਿੱਚ ਤੇਜ਼ੀ ਆਵੇਗੀ। ਭਾਰਤੀ ਸਿਵਲ ਸੁਰੱਖਿਆ ਕੋਡ ਦੇ ਵਿੱਚ ਇੱਕ ਵਿਵਸਥਾ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ 3 ਦਿਨਾਂ ਦੇ ਅੰਦਰ FIR ਦਰਜ ਕੀਤੀ ਜਾਣੀ ਚਾਹੀਦੀ ਹੈ। 3 ਤੋਂ 7 ਸਾਲ ਦੀ ਸਜ਼ਾ ਹੋਣ ਦੀ ਸੂਰਤ ਦੇ ਵਿੱਚ 14 ਦਿਨਾਂ ਦੇ ਅੰਦਰ ਮੁੱਢਲੀ ਜਾਂਚ ਪੂਰੀ ਕਰਨ ਤੋਂ ਬਾਅਦ FIR ਦਰਜ ਕੀਤੀ ਜਾਵੇਗੀ। ਬਲਾਤਕਾਰ ਦੇ ਇੱਕ ਮਾਮਲੇ ਦੇ ਵਿੱਚ ਪੀੜਤਾ ਦੀ ਮੈਡੀਕਲ ਰਿਪੋਰਟ 7 ਦਿਨਾਂ ਦੇ ਵਿੱਚ ਥਾਣੇ ਤੇ ਅਦਾਲਤ ਦੇ ਵਿੱਚ ਭੇਜੀ ਜਾਵੇਗੀ। ਪਹਿਲਾਂ CRPC ਦੇ ਵਿੱਚ ਕੋਈ ਸਮਾਂ ਸੀਮਾ ਤੈਅ ਨਹੀਂ ਸੀ। ਨਵੇਂ ਕਾਨੂੰਨ ਦੇ ਵਿੱਚ ਚਾਰਜਸ਼ੀਟ ਦੀ ਸਮਾਂ ਸੀਮਾ ਵੀ ਤੈਅ ਕੀਤੀ ਗਈ ਹੈ। ਪਹਿਲਾਂ ਦੀ ਤਰ੍ਹਾਂ ਚਾਰਜਸ਼ੀਟ ਦਾਇਰ ਕਰਨ ਦੇ ਲਈ 60 ਤੋਂ 90 ਦਿਨਾਂ ਦਾ ਸਮਾਂ ਲੱਗਦਾ ਸੀ।
ਪਰ 90 ਦਿਨਾਂ ਬਾਅਦ ਜਾਂਚ ਜਾਰੀ ਰੱਖਣ ਲਈ ਅਦਾਲਤ ਤੋਂ ਇਜਾਜ਼ਤ ਲੈਣੀ ਪਵੇਗੀ ਤੇ ਜਾਂਚ ਨੂੰ 180 ਦਿਨਾਂ ਤੋਂ ਵੱਧ ਲੰਬਿਤ ਨਹੀਂ ਰੱਖਿਆ ਜਾ ਸਕਦਾ। ਚਾਰਜਸ਼ੀਟ 180 ਦਿਨਾਂ ਦੇ ਅੰਦਰ ਦਾਖਲ ਕਰਨੀ ਹੋਵੇਗੀ। ਇਹਨਾਂ ਨਵੇਂ ਕਾਨੂੰਨਾਂ ਤੋਂ ਭਾਰਤ ਦੇ ਵਿੱਚ ਸਾਰੇ ਲੋਕਤੰਤਰ ਦਾ ਸਵੇਰਾ ਹੋਵੇਗਾ ਤੇ ਇਨਸਾਫ਼ ਦੀ ਜਿੱਤ ਹੋਵੇਗੀ। ਇਹ ਇਤਿਹਾਸਕ ਤਬਦੀਲੀ ਕਾਨੂੰਨ ਦੇ ਕਿਤਾਬਾਂ ਦੇ ਵਿੱਚ ਇਤਿਹਾਸ ਰਚੇਗਾ, ਕਿਉਂਕਿ ਨਿਆਂ ਉਹੀ ਹੈ ਜੋ ਨਾਗਰਿਕਾਂ ਦੀ ਇਤਿਹਾਸ ਦੀ ਗੱਲ ਕਰਦਾ ਹੈ।